ਕੁਛ ਦਿਨਾਂ ਦੇ ਵਿੱਚ ਕਾਫੀ ਆਪਣੇ ਸ਼ਹਿਰ ਦੇ ਵਿੱਚ ਚੇਨ ਸਨੈਚਿੰਗ ਦੀ ਜਾਂ ਵਾਲੀਆਂ ਸਨੈਚਿੰਗ ਬਜ਼ੁਰਗ ਔਰਤ ਤੋਂ ਜਾਂ ਦੂਸਰੀਆਂ ਔਰਤਾਂ ਤੋਂ ਇੱਦਾਂ ਦੀਆਂ ਵਾਰਦਾਤਾਂ ਹੋਈਆਂ ਜਿਹਦੇ ਨਾਲ ਆਲਰੇਡੀ ਸਮਾਜ ਵਿੱਚ ਥੋੜ੍ਹੀ ਦਹਿਸ਼ਤ ਪੈਂਦੀ ਹੈ ਅਤੇ ਸੈਂਸ ਆਫ ਸਿਕਿਉਰਿਟੀ ਦੀ ਥੋੜ੍ਹੀ ਨਾ ਫੀਲਿੰਗ ਘੱਟਦੀ ਹੈ ਉਹਦੇ 'ਚ। ਅਤੇ ਇਹਦੇ ਵਿੱਚ ਪਿੱਛੇ ਦੀ ਇੱਕ ਵਾਰਦਾਤ ਹੋਈ ਸੀ ਇੱਥੇ ਗਊਸ਼ਾਲਾ ਰੋਡ 'ਤੇ 17 ਤਰੀਕ ਨੂੰ ਇੱਕ ਬਜ਼ੁਰਗ ਲੇਡੀ ਦੀ ਸਵੇਰੇ 5:15 ਵਜੇ ਗੁੱਗੂ ਦੇ ਹੋਸਪਿਟਲ ਦੇ ਨਜ਼ਦੀਕ ਉਹਦੀ ਵਾਲੀ ਹੋਈ ਸੀ, ਉੱਥੋਂ ਸਨੈਚ ਹੋਈ। ਫਿਰ ਉੱਥੋਂ ਥੋੜ੍ਹਾ ਅਸੀਂ ਐਕਟਿਵ ਹੋਏ, CCTV ਖੰਗਾਲੇ ਸਾਰੇ ਆਪਣਾ ਦੇਖੇ ਅਤੇ ਉਸ ਤੋਂ ਬਾਅਦ ਵਿੱਚ ਉਹ ਸ਼ਮਸ਼ੇਰ ਸਿੰਘ ਇੱਕ ਹਰਪੁਰੇ ਦਾ ਅਤੇ ਇੱਕ ਪ੍ਰਭਜੋਤ ਖਾਨ ਫਤਿਹ ਕਿਲ੍ਹਾ ਲਾਲ ਸਿੰਘ ਦੇ ਅਸੀਂ ਦੋ ਨੌਜਵਾਨ ਇਹਦੇ 'ਚ ਗ੍ਰਿਫਤਾਰ ਕੀਤੇ। ਗ੍ਰਿਫਤਾਰ ਕਰਕੇ ਪਹਿਲੇ ਤਾਂ ਅਸੀਂ ਇਹਦੇ ਵਿੱਚ 3 ਟੀਮਾਂ ਲੱਗ ਗਈਆਂ ਕਿਉਂਕਿ ਏਰੀਆ ਸਿਵਲ ਲਾਈਨ ਦੇ ਏਰੀਏ 'ਚ ਵੀ ਹੋਈਆਂ ਨੇ। ਉਹ ਬੇਸਿਕਲੀ ਜਿਹੜੀ ਵਾਰਦਾਤ ਸੀ ਉਹ ਸਿਟੀ ਦੀ ਸੀ, ਇਹਦੇ 'ਚ CIA ਵਾਲੇ ਵੀ ਇਨਵੋਲਵ ਹੋਏ। ਅਸੀਂ ਸਾਰਿਆਂ ਦੀ ਮਤ ਲਾ ਕੇ ਟੀਮ ਵਰਕ ਸਾਹਿਬ ਨੇ ਸਾਰਿਆਂ ਨੂੰ ਆਪਣੇ ਆਪਣੇ SSP ਸਾਹਿਬ ਨੇ ਡਿਊਟੀਆਂ ਵੰਡਦੀਆਂ, ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ, ਉਹ ਵੀ SSP ਸਾਹਿਬ ਵੀ ਇਸ ਕਹਿੰਦੇ ਕਿ ਬਈ ਇਹ ਕਰਨੀ ਹੀ ਕਰਨੀ ਹੈ, ਟਰੇਸ ਕੁਛ ਹੋ ਜਾਵੇ। ਉਹ ਟੀਮਾਂ ਬਣ ਗਈਆਂ ਜੀ। ਫਿਰ ਉਹ ਫਿਰ ਜਦੋਂ ਇਸ ਨੂੰ ਅਸੀਂ ਟਰੇਸ ਕੀਤਾ, ਫੜ ਲਿਆ ਉਹਨੂੰ, ਫਿਰ ਅਸੀਂ ਪੁੱਛਗਿੱਛ ਕੀਤੀ ਅਤੇ ਪੁੱਛਗਿੱਛ 'ਚ ਆਪਣਾ ਉਹਨੇ ਮੰਨੀਆਂ ਵਾਰਦਾਤਾਂ, 5 ਦੇ ਕਰੀਬ ਸਿਵਲ ਲਾਈਨ ਦੀਆਂ ਵਾਰਦਾਤਾਂ ਮੰਨੀਆਂ। ਉਹਦੇ ਵਿੱਚ ਇੱਕ 'ਚ ਚੈਨੀ ਗਈ ਸੀ ਜੀ, ਉਹਦੇ 'ਚ 2 ਤੋਲੇ ਦੀ ਕਰੀਬ ਚੈਨੀ ਗਈ ਸੀ, ਇੱਕ ਤਾਂ ਹੋਰ ਮਾਤਾ ਦੀ ਵਾਲੀ ਗਈ ਸੀ, ਹੋਰ 4 ਦੀਆਂ 3 ਵਾਲੀਆਂ ਗਈਆਂ ਸੀ, ਇਹਨਾਂ ਦੀ ਇੱਕ ਮਾਤਾ ਦੀ ਵਾਲੀ ਗਈ ਸੀ, ਹੋਰ 5 ਟੋਟਲ 5 ਵਾਲੀਆਂ ਦੀ ਉਹਨੇ ਵਾਰਦਾਤਾਂ ਮੰਨੀਆਂ। ਫਿਰ ਜਦੋਂ ਮਜੀਦ ਪੁੱਛਗਿੱਛ ਕੀਤੀ ਕਿ ਵਾਲੀਆਂ ਤੁਸੀਂ ਕੀ ਕਰਦੇ, ਕਿੱਥੇ ਕਰਦੇ ਹੋ, ਉਹਨੇ ਫਿਰ ਦੱਸਿਆ ਕਿ ਇੱਥੇ ਇੱਕ ਸ਼ਹਿਰ ਦਾ ਇੱਕ ਜੁਐਲਰ ਹੈ। ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਉਂਦੀ ਹੈ, ਅਸੀਂ ਉਹਨਾਂ ਨੂੰ ਇੱਕ ਪਰਚੇ 'ਚ ਅਰੈਸਟ ਵੀ ਕਰ ਲਿਆ ਸਿਵਲ ਲਾਈਨ ਵਾਲੇ ਮੁਕੱਦਮੇ 'ਚ, ਆਪਣੇ ਸਿਟੀ ਵਾਲੇ ਮੁਕੱਦਮੇ ਦੇ ਵਿੱਚ ਵੀ ਅੱਜ ਅਰੈਸਟ ਅਸੀਂ ਡਾਲ ਰਹੇ ਹਾਂ ਉਹਦੀ, ਉਹਦੀ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਉਹਨੂੰ ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ ਅਸੀਂ, ਅਤੇ ਉਹ ਤੋਂ ਹੋਰ ਮਜ਼ੀਦ ਅਸੀਂ ਕਰਾਂਗੇ, ਬਰਾਮਦਗੀ ਵੀ ਹੋਏਗੀ, ਪੁੱਛਗਿੱਛ ਹੋਏਗੀ। ਅਤੇ ਇਹ ਵੀ ਸਾਡੇ ਧਿਆਨ 'ਚ ਆਇਆ ਕਿ ਸ਼ਹਿਰ ਦੇ ਜਿਹੜੇ ਹੋਰ ਸਨੈਚਰ ਸੀ, ਸ਼ਾਇਦ ਉਹ ਵੀ ਇਹਨੂੰ ਸਮਾਨ ਦਿੰਦੇ ਰਹੇ ਨੇ। ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਖਪਤ ਹੋ ਜਾਂਦੀ ਹੈ, ਉਹਨੂੰ ਥੋੜ੍ਹੇ ਪੈਸੇ ਮਿਲ ਜਾਂਦੇ, ਉਹਦਾ ਵੀ ਹੌਸਲਾ ਵੱਧ ਜਾਂਦਾ। ਜਿਸ ਵੇਲੇ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ, ਤਾਂ ਫਿਰ ਉਹ ਵੀ ਡਿਮੋਰਲਾਈਜ਼ ਕਹਿ ਲਓ ਜਾਂ ਦੂਸਰੇ ਕਿ ਉਹ ਇਸ ਪਾਸੇ ਨੂੰ ਪ੍ਰਫੁੱਲਤ ਨਹੀਂ ਹੁੰਦੇ, ਇਸ ਇਹ ਤਰ੍ਹਾਂ ਦਾ ਉਹਨਾਂ ਦਾ ਕੰਮ ਥੋੜ੍ਹਾ ਡਾਊਨ ਹੁੰਦੇ ਨੇ। ਪਰ ਇਹ ਸਮਾਜ ਦੇ ਜਿਹੜੇ ਇਸ ਤਰ੍ਹਾਂ ਦੇ ਜੁਐਲਰਸ, ਸਾਰੇ ਜੁਐਲਰਸ ਨਹੀਂ, ਇਸ ਤਰ੍ਹਾਂ ਬੜੇ ਵਧੀਆ ਇੱਥੇ ਬਟਾਲਾ ਸ਼ਹਿਰ ਦੇ ਵਿੱਚ ਜੁਐਲਰ ਐਸੋਸੀਏਸ਼ਨ ਬੜੀ ਤਕੜੀ, ਬਹੁਤ ਨਾਮੀ ਜੁਐਲਰਸ ਜਾਂ ਦੂਸਰੇ ਇਸ ਤਰੀਕੇ ਦਾ, ਇੱਕ ਦੋ ਇੱਕਾ ਦੁੱਕਾ ਜਿਹੜੇ ਹੁੰਦੇ ਨੇ, ਉਹਦੇ ਨਾਲ ਸਾਰੀ ਬਰਾਦਰੀ ਦਾ ਨਾਮ ਬਦਨਾਮ ਹੁੰਦਾ। ਟੋਟਲ ਕਿੰਨੀਆਂ ਵਾਰਦਾਤਾਂ ਟਰੇਸ ਹੋਈਆਂ? ਵਾਰਦਾਤਾਂ ਇਹਦੇ ਵਿੱਚ 6 ਤੇ 5, 11 ਵਾਰਦਾਤਾਂ ਟਰੇਸ ਹੋਈਆਂ। ਕ੍ਰਿਮੀਨਲ ਬੈਕਗਰਾਊਂਡ 'ਤੇ ਹਜੇ ਇਹਨਾਂ ਦੀ ਕੋਈ ਆਈ ਨਹੀਂ, ਕਿਉਂਕਿ ਪ੍ਰੀਵੀਅਸਲੀ ਇਹ ਕਨਵਿਕਟਿਡ ਨਹੀਂ ਹੈ ਸੀ, ਅਤੇ ਫੈਮਿਲੀ ਦੇ ਇਹ ਵਿਹਲੇ ਹੀ ਨੇ ਜੀ। ਬਟਾਲੇ ਅਜੇ ਤੱਕ ਦੇ, ਅਜੇ ਤੱਕ ਵੀ ਸਾਡੇ ਕੋਲ ਕਸਟਡੀ 'ਚ ਨੇ, ਅਤੇ ਅਜੇ ਤਾਂ 11 ਦੇ ਕਰੀਬ ਤੁਹਾਡੀਆਂ, ਹਾਂ 11 ਹੋ ਗਈ ਸਿਟੀ ਸਿਵਲ ਲਾਈਨ ਦੀ, ਹਾਂ ਦੋਵਾਂ ਦਾ ਡਿਊਲ ਬਣਿਆ। ਨਹੀਂ ਨਹੀਂ ਯਾਰ ਦੋਸਤ ਨੇ ਜੀ। ਹਾਂਜੀ ਉਹਨੂੰ ਵੀ ਅਰੈਸਟ ਕਰਕੇ, ਉਹ ਵੀ ਉਹਨੂੰ ਵੀ ਜੇ ਉਹਨੂੰ ਵੀ ਉਜਵਲ ਹੰਡਾ ਜੀ ਇੱਥੋਂ ਸ਼ਹਿਰ ਦੇ, ਅਜੇ ਤੱਕ ਤਾਂ ਜਿਹੜੀ ਆ ਇਹ ਵਾਰਦਾਤਾਂ ਵਾਲਾ ਜਿਹੜਾ ਮੈਂ ਦੱਸਿਆ ਸਮਾਨ ਲਗਭਗ ਸਾਰਾ ਉਹਦੇ ਥਰੂ ਹੀ ਹੋਇਆ ਸੀ। ਇਹ
ਉਜੋ ਲਾਂਡੇ ਤੋਂ ਅਜੇ ਅਸੀਂ ਦੂਸਰੇ ਮੁਕੱਦਮੇ ਦੇ ਵਿੱਚ ਪੁੱਛ ਗਏ ਸੀ, ਪਹਿਲੇ ਮੁਕੱਦਮੇ ਵਿੱਚ ਤਾਂ ਅਜੇ 5 ਹੀ ਹੋਈਆਂ ਸੀ, ਅਤੇ ਦੂਸਰੇ ਮੁਕੱਦਮੇ ਦੇ ਵਿੱਚੋਂ ਵੀ ਅਸੀਂ ਲਿਆ ਰਹੇ ਹੋਈਏ ਨਹੀਂ ਆਪ ਹੀ ਮੈਂ ਤਾਂ ਹੀ ਕਹਿ ਰਿਹਾ ਜੀ ਕਿ ਇਕੱਲਾ ਇਹ ਨਹੀਂ ਸਨੈਚਰ ਹੋਣਗੇ, ਜਿਹੜੇ ਸ਼ਹਿਰ ਦੇ ਦੂਸਰੇ ਸਨੈਚਰ ਹੋਣਗੇ ਸ਼ਾਇਦ, ਜਿਸ ਤਰ੍ਹਾਂ ਇੱਕ ਦੂਜੇ ਨੂੰ ਅਸੀਂ ਦੱਸ ਦਿੰਦੇ ਨਾ ਕਿ ਫਲਾਣੀ 10 ਪਾ ਦੀ ਹੈ ਕੋਈ, ਉਹ ਸਮਾਨ ਤੋਲ ਭਾਅ ਜੀ, ਜਿਹੜਾ ਆਪਣਾ ਪੰਜਾਬੀ ਦੀ ਕਹਾਵਤ ਹੁੰਦੀ ਹੈ ਜੀ, ਬਸ ਚੋਰ ਦਾ ਮਾਲ ਅਤੇ ਡਾਂਗਾ ਦਾ ਗੱਜ, ਉਹ ਜਿਹੜੀ ਆਈ ਗੱਲ ਇੱਕ ਸਾਹਮਣੇ, ਉਹ ਚੈਨੀ ਦਾ ਬੜਾ ਓਨੇ ਪੌਣੇ ਦੇ ਰੇਟਾਂ ਦੇ ਵਿੱਚ ਇਹਦੇ ਨਾਲ ਗੱਲ ਹੋਈ ਸੀ। ਕਮ ਸੇ ਕਮ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਇਹ ਦੋ ਸਨੈਚਰ ਫੜੇ ਜਾਣ ਨਾਲ ਅਸੀਂ, ਮੈਂ ਕਹਿ ਦੇਵਾਂ ਕਿ ਬਟਾਲੇ ਦੇ ਵਿੱਚ ਠਾਲੀ ਪੈ ਜਾਊਗੀ, ਬਟ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੁਰ ਪਏ ਹਾਂ, ਕੁਛ ਅਸਰ ਜ਼ਰੂਰ ਹੋਵੇਗਾ, ਪਲੱਸ ਜਿਹੜੇ ਇਹ ਮਾਲ ਖਰੀਦਣ ਦੇ ਆਦੀ ਨੇ ਚੋਰੀ ਦਾ ਮਾਲ ਲੈਣ ਲਈ, ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਬਈ ਜਸਟ ਜਦੋਂ ਫੜੇ ਜਾਈਦਾ ਅਤੇ ਸਮਾਨ ਵਾਪਸ ਕਰਨ ਦਾ ਕਰਕੇ ਗੱਲ ਛੁਟਕਾਰਾ ਨਹੀਂ ਹੋਣਾ, ਇਹਨਾਂ 'ਤੇ ਕੇਸ ਵੀ ਰਜਿਸਟਰਡ ਹੋਣਾ ਅਤੇ ਬਰਾਬਰ ਦੀ ਉਹਨਾਂ ਨੂੰ ਹਵਾਲਾ ਅਤੇ ਸੇਮ ਪਰਚੇ ਵਿੱਚ ਪੈ ਕੇ ਜਾਵੇਗਾ ਜੀ। ਸਨੈਚਰ ਦੇ ਨਾਲ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਾਂਗੇ, ਅਸੀਂ ਆਪਣੀਆਂ ਵੀ ਸਾਡੀਆਂ CIA ਦੀਆਂ ਸਪੈਸ਼ਲ ਬ੍ਰਾਂਚ ਦੀਆਂ ਵੀ ਟੀਮਾਂ ਲੱਗੀਆਂ ਨੇ ਇਸ ਵੇਲੇ 'ਚ ਰਸ਼ ਵਿੱਚ, ਤੁਹਾਨੂੰ ਇਨ ਪਾਸਟ ਤੁਸੀਂ ਵੀ ਦੇਖਿਆ ਹੋਣਾ ਕਿ ਸਨੈਚਿੰਗ ਦੀ ਘੱਟ ਅਤੇ ਚੋਰੀ ਜਿਹੜੀ ਜੇਬ ਕਤਰੇ ਦੀ ਉਹ ਕਾਫੀ ਸ਼ਿਕਾਇਤ ਆ, ਅਸੀਂ ਉਸ ਨੂੰ ਮੱਦੇ ਨਜ਼ਰ ਰੱਖ ਕੇ ਵੀ ਨਾ ਉਸ ਤਰੀਕੇ ਨਾਲ ਪਲੈਨਿੰਗ ਕਰ ਰਹੇ ਹਾਂ। ਸਮਾਨ ਹੁਣ ਅਸੀਂ ਜੇ ਇਵੈਲੂਏਟ ਅੱਜ ਕੱਲ੍ਹ ਦੇ ਰੇਟਾਂ 'ਚ ਕਰੀਏ ਤਾਂ ਫਿਰ ਕਾਫੀ ਲੱਖਾਂ 'ਚ ਬਣ ਜਾਂਦਾ ਜੀ, ਫਿਰ 11 ਤੇ ਉਹਦੇ 'ਚ ਵਾਲੀਆਂ ਹੋ ਗਈਆਂ ਅਤੇ ਚੈਨੀ ਹੋ ਗਈ, 1.5 ਤੋਲੇ ਦੀ ਤਾਂ ਇਕੱਲੀ ਚੈਨੀ ਸੀ।